ਸਤਿ ਸ਼੍ਰੀ ਅਕਾਲ, ਮੈਂ ਗਗਨਦੀਪ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ। ਸਾਡੀ ਕੋਸ਼ਿਸ਼ ਹੁੰਦੀ ਹੈ ਰੈਗੂਲਰਲੀ ਇਨ ਵੀਡੀਓਜ਼ ਦੇ ਥਰੂ ਤੁਹਾਡੇ ਤੱਕ ਹਰ ਉਹ ਜ਼ਰੂਰੀ ਅਪਡੇਟ ਕੈਨੇਡਾ ਨੂੰ ਲੈ ਕੇ ਸਾਂਝੀ ਕੀਤੀ ਜਾਏ। ਸੋ ਅੱਜ ਦੀ ਜਿਹੜੀ ਕੈਨੇਡਾ ਦੀ ਅਪਡੇਟ ਹੈਗੀ ਹੈ, ਜਿਹੜੀ ਰੀਸੈਂਟ ਉਹਨਾਂ ਨੇ ਹੁਣ ਆਪਣਾ ਅਪਡੇਟ ਕੀਤਾ ਹੈ, ਜਿਹੜਾ ਕਿ ਜਨਵਰੀ ਵਿੱਚ ਉਹਨਾਂ ਨੇ ਰੂਲ ਚੇਂਜ ਕੀਤੇ ਸੀ, ਔਰ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਇਸ ਸਾਲ ਦੇ ਅੰਦਰ ਅੰਦਰ ਅਸੀਂ ਜਿਹੜਾ ਹੈ 360,000 ਵੀਜ਼ਾ ਯਾਨੀ ਕਿ ਸਟੱਡੀ ਪਰਮਿਟ ਅਲੋਟ ਕਰਾਂਗੇ। ਔਰ ਉਹਦੇ ਵਿੱਚ ਸਾਰਿਆਂ ਦੀ ਅਸੰਪਸ਼ਨਸ ਇਹੀ ਸੀ ਕਿ ਜਿਹੜੇ 360,000 ਵੀਜ਼ਾ ਅਲੋਟ ਕਰਨ ਦੀ ਕੈਨੇਡਾ ਨੇ ਗੱਲ ਕੀਤੀ ਸੀ 2024 ਦੇ ਅੰਦਰ ਵੀਜ਼ਾ ਦੇਣ ਦੀ, ਸੋ ਉਹ ਸਾਰਿਆਂ ਦੀ ਅਸੰਪਸ਼ਨ ਸੀ ਕਿ ਪਲੱਸ ਟੂ ਨੂੰ ਯਾਨੀ ਕਿ ਅੰਡਰ ਗ੍ਰੈਜੂਏਟ ਵਾਲੇ ਬੱਚਿਆਂ ਦੇ ਉਹ ਇੰਨੇ ਕੁ ਕੈਟੇਗਰੀ ਦੇ ਵੀਜ਼ਾਸ ਰਹਿਣਗੇ, ਕਿਉਂਕਿ ਮਾਸਟਰਸ ਵਾਲੇ ਦੇ ਉੱਤੇ ਉਹਨਾਂ ਨੇ ਕੋਈ ਵੀ PL ਲੈਟਰ ਦੀ ਇੱਦਾਂ ਦੀ ਕੋਈ ਮੈਂਡੇਟਸ ਨਹੀਂ ਕੀਤੀ ਸੀ, ਯਾਨੀ ਕਿ ਪ੍ਰੋਵਿੰਸ ਅਟੈਸਟੇਸ਼ਨ ਲੈਟਰ ਜਿੱਦਾਂ ਮਾਸਟਰ ਕੋਰਸ ਕਰਨ ਕੋਈ ਜਾ ਰਿਹਾ ਹੈ, ਡਿਗਰੀ ਕਰਨ ਜਾ ਰਿਹਾ, ਤਾਂ ਉਹਨੂੰ ਉਹ ਚੀਜ਼ ਲੈਣ ਦੀ ਲੋੜ ਨਹੀਂ ਹੈਗੀ। ਸੋ ਉਹਨਾਂ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਰਹੇਗਾ ਜਾਂ ਵੀਜ਼ਾ ਰੇਸ਼ੋ ਰਹਿਣਗੇ ਉਹ ਡਿਫਰੈਂਟ ਰਹਿਣਗੇ। ਬਟ ਉਸੀ ਚੀਜ਼ ਦੇ ਉੱਤੇ ਹੁਣ ਕੈਨੇਡਾ ਨੇ, ਗਵਰਨਮੈਂਟ ਨੇ ਉਹਦੇ ਉੱਤੇ ਬਿਲਕੁਲ ਕਲੀਅਰਲੀ ਆਪਣੇ ਵਿਊਜ਼ ਦੇ ਦਿੱਤੇ ਨੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੀ 2,90,000 ਵੀਜ਼ੇ ਆਪਾਂ ਪਲੱਸ ਟੂ ਯਾਨੀ ਕਿ ਅੰਡਰ ਗ੍ਰੈਜੂਏਟ ਵਾਲੇ ਬੱਚਿਆਂ ਨੂੰ ਦੇਵਾਂਗੇ ਇਸ ਸਾਲ ਦੇ ਅੰਦਰ ਸਟੱਡੀ ਪਰਮਿਟ। ਸੋ ਇਸ ਤੋਂ ਕਲੀਅਰ ਹੋ ਜਾਂਦਾ ਹੈ ਕਿ ਅਗਰ 360 ਦੀ ਉਹਨਾਂ ਨੇ ਟੋਟਲ ਨੰਬਰ ਆਫ ਵੀਜ਼ਾਸ ਦੀ ਗੱਲ ਕੀਤੀ ਸੀ ਕਿ 2024 ਦੇ ਅੰਦਰ 360,000 ਵੀਜ਼ਾ ਅਸੀਂ ਅਲੋਟ ਕਰਾਂਗੇ, ਸੋ ਅੱਜ ਜਿਹੜੀ ਅਪਡੇਟ ਉਹਨਾਂ ਨੇ ਦੇ ਦਿੱਤੀ ਹੈ ਕਿ 2,90,000 ਵੀਜ਼ਾ ਅਸੀਂ ਪਲੱਸ ਟੂ ਯਾਨੀ ਕਿ ਅੰਡਰ ਗ੍ਰੈਜੂਏਟ ਵਾਲੇ ਬੱਚਿਆਂ ਨੂੰ ਦੇਵਾਂਗੇ। ਸੋ ਦੈਟ ਮੀਨਸ ਕਿ ਜਿਹੜਾ ਲੈਫਟ ਓਵਰ ਵੀਜ਼ਾਸ ਰਹਿ ਗਿਆ ਯਾਨੀ ਕਿ 68 ਜਾਂ 70,000 ਵੀਜ਼ਾ ਜਿਹੜਾ ਰਹਿ ਗਿਆ ਉਹ ਮਾਸਟਰਸ ਵਾਲੇ ਬੱਚਿਆਂ ਵਾਸਤੇ ਰਹਿ ਗਿਆ। ਸੋ ਵੀਡੀਓ ਬਣਾਉਣ ਦਾ ਮੇਨ ਮਕਸਦ ਇੱਥੇ ਇਹੀ ਸੀ ਕੈਨੇਡਾ ਦੇ ਅਪਡੇਟਸ ਨੂੰ ਲੈ ਕੇ ਕਿ ਜਿਹੜੇ ਵੀ ਬੱਚੇ ਹਾਲੇ ਵੀ ਆਪਣਾ ਇਸ ਡਿਸੀਜਨ ਨੂੰ ਨਹੀਂ ਲੈ ਪਾ ਰਹੇ ਜਾਂ ਕੋਈ ਵੀ ਕਨਫਿਊਜ਼ਨਸ ਕਰਕੇ ਆਪਣੀ ਫਾਈਲ ਨੂੰ ਅੱਗੇ ਪ੍ਰੋਸੀਡ ਨਹੀਂ ਕਰ ਪਾ ਰਹੇ ਹੈ, ਸੋ ਉਹ ਸਾਰੇ ਬੱਚਿਆਂ ਦੇ ਅੱਗੇ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਅਗਰ ਤੁਸੀਂ ਇਸ ਮੌਕੇ ਨੂੰ ਇਸ ਵਾਰੀ ਛੱਡ ਜਾਂਦੇ ਹੋ, ਸੋ ਤੁਹਾਡੇ ਹੱਥੋਂ ਉਨਾ ਹੀ ਕੈਨੇਡਾ ਦਾ ਵੀਜ਼ਾ ਦੂਰ ਹੋ ਜਾਏਗਾ। ਸੋ ਦਿਸ ਇਜ਼ ਦਾ ਰਾਈਟ ਟਾਈਮ, ਇੱਕ ਗੋਲਡਨ ਟਾਈਮ ਚੱਲ ਰਿਹਾ, ਪੀਰੀਅਡ ਚੱਲ ਰਿਹਾ ਕੈਨੇਡਾ ਦਾ ਲੈ ਕੇ, ਜਿਹਦੇ ਵਿੱਚ ਰਹਿ ਕੇ ਤੁਸੀਂ ਵੀ ਆਪਣੇ ਵੀਜ਼ੇ ਨੂੰ ਸਿਕਿਓਰ ਕਰ ਸਕਦੇ ਹੋ। ਸੋ ਚਾਹੇ ਤੁਸੀਂ ਮਾਸਟਰਸ ਕਰਨ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਅੰਡਰ ਗ੍ਰੈਜੂਏਟ ਕੋਈ ਵੀ ਪ੍ਰੋਗਰਾਮ ਲੈ ਕੇ ਜਾਣਾ ਚਾਹੁੰਦੇ ਹੋ, ਮੇ ਇਨਟੇਕ ਦੇ ਸਟਿਲ ਸਾਡੇ ਕੋਲ ਕਾਫੀ ਆਪਸ਼ਨਸ ਅਵੇਲੇਬਲ ਹੈਗੇ ਨੇ, ਔਰ PL ਲੈਟਰ ਵੀ ਆਪਾਂ ਤੁਹਾਨੂੰ ਅਗਰ LOA ਆ ਚੁੱਕਿਆ ਤਾਂ ਵਿਦਇਨ 2 ਡੇਜ਼ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਾ ਕੇ ਦੇਵਾਂਗੇ। ਸੋ ਬੈਟਰ ਹੈ ਤੁਸੀਂ ਆਪਣੇ ਇਸ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ, ਅਗਰ ਤੁਹਾਨੂੰ ਹਾਲੇ ਵੀ ਲੱਗਦਾ ਕਿ ਤੁਹਾਨੂੰ ਹਾਲੇ ਵੀ ਬਹੁਤ ਜ਼ਿਆਦਾ ਕਨਫਿਊਜ਼ਨਸ ਆ ਰਹੇ ਨੇ, ਤਾਂ ਤੁਸੀਂ ਮੇਰੇ ਕਿਸੇ ਵੀ ਨੀਅਰੈਸਟ ਬ੍ਰਾਂਚਸ ਵਿੱਚ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਮੇਰੇ ਦਿੱਤੇ ਹੈਲਪਲਾਈਨ ਨੰਬਰ 'ਤੇ ਕਾਲ ਵੀ ਕਰ ਸਕਦੇ ਹੋ ਜਿਹੜਾ ਕਿ 9161 9161 ਹੈ। ਥੈਂਕ ਯੂ ਸੋ ਮਚ।